ਅਗਰ ਉਹ ਸ਼ਿੜੀਆ ਪੜਨ ਜਾਣਾ ਪ੍ਰੋਫਾਈਲ एलिਜੀਬਲ ਹੈ ਅਕੈਡਮਿਕਲੀ ਸਟਰੋਂਗ ਹੋ ਫੰਡਸ ਫਾਈਨੈਂਸ਼ਲੀ ਨਹੀਂ ਸਟਰੋਂਗ ਤਾਂ ਗੱਲ ਧਿਆਨ ਨਾਲ ਸੁਣਨਾ ਸਾਰੇ ਦਫ਼ਤਰਾਂ ਵਿੱਚ ਇੰਦਾ ਦੇ ਕਲਾਇੰਟ ਵਿਜ਼ਿਟ ਕੀਤੇ ਜਿਨ੍ਹਾਂ ਦੀ ਪ੍ਰੋਫਾਈਲ 100% एलिਜੀਬਲ ਸੀ 2023 ਪਾਸ ਆਊਟ ਸਟੂਡੈਂਟ 85% ਸਟੂਡੈਂਟ ਦੇ ਨੰਬਰ ਨਾਨ ਮੈਡੀਕਲ ਚ ਆਲਸੋ 66 ਜਿਹੜੇ ਰੀਸੈਂਟ ਪਾਸ ਆਊਟ ਹੈ 885 90% ਨੰਬਰ ਹੈ ਔਰ IELTS ਉਹ ਸਾਢੇ 6 ਬੈਂਡ ਜਾਂ PTE ਚੋ 60 ਸਕੋਰ ਤੋਂ ਉੱਪਰ ਹੈ ਐਕਸਲੈਂਟ ਪ੍ਰੋਫਾਈਲ ਐਕਸਲੈਂਟ ਜਨ ਕਿ ਜੇ ਮੈਂ ਕਹਾ ਕਿ ਆਸਟਰੀਆ ਦੀ ਗਾਈਡਲਾਈਨ ਦੇ ਮੁਤਾਬਕ ਸਟੂਡੈਂਟਸ 100% ਡਿਜੀਬਲ ਆ ਵੀਜ਼ਾ ਲੈਣ ਲਈ ਪਰ ਦੂਜੇ ਪਾਸੇ ਜਦੋਂ ਉਹਨਾਂ ਬੱਚਿਆਂ ਨਾਲ ਫਾਈਨੈਂਸ਼ੀਅਲੀ ਗੱਲਬਾਤ ਕੀਤੀ ਗਈ ਤੁਹਾਡੇ ਕੋ ਪੇਰੈਂਟਸ ਕੋ ਇਨਕਮ ਕਿੰਨੀ ਫੰਡਸ ਕਿੰਨੇ ਤੇ ਸਾਰਿਆਂ ਦਾ ਇੱਕੋ ਜਵਾਬ ਆਮਦਨ ਜਿਹੜੀ ਹੈ ਉਹ 5 ਲੱਖ ਤੋਂ ਉੱਪਰ ਨਹੀਂ ਸੋ ਇਸ ਕਰਕੇ ਜੇ 5 ਲੱਖ ਤੋਂ ਜ਼ਿਆਦਾ ਆਮਦਨ ਨਹੀਂ ਭੁੱਲ ਕੇ ਵੀ ਅਪਲਾਈ ਨਾ ਕਰਿਓ ਆਸਟਰੀਆ ਸਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ YouTube ਚੈਨਲ ਦੇ ਮਾਧਿਅਮ ਰਾਹੀਂ ਹਰ ਵਾਰ ਦੀ ਤਰ੍ਹਾਂ ਜੁ ਫਿਰ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਲਈ ਹੋਕਾ ਲੈ ਕੇ ਆਇਆ। ਆਸਟ੍ਰੇਲੀਆ ਜਾਣ ਦੇ ਇੱਛੁਕ ਸਟੂਡੈਂਟਸ ਲਈ ਇੱਕ ਖਾਸ ਇਨਫੋਰਮੇਸ਼ਨ ਖਾਸ ਵੀਡੀਓ ਲੈ ਕੇ ਆਇਆ। ਕਾਈਂਡਲੀ ਇਹ ਵੀਡੀਓ ਐਂਡ ਤੱਕ ਵੇਖਿਓ। ਚੰਗੀ ਲੱਗੇ ਤਾਂ ਉਸ ਬੱਚੇ ਤੱਕ ਸ਼ੇਅਰ ਜੂ ਕਰਿਓ ਜਿਹੜਾ ਆਸਟ੍ਰੇਲੀਆ ਪੜਨ ਜਾਣਾ ਚਾਹੁੰਦਾ। ਕਿਉਂਕਿ ਬੜੀ ਵੱਡੀ ਪੱਧਰ ਤੇ ਆਸਟ੍ਰੇਲੀਆ ਜਾਣ ਦੇ ਵਾਲੇ ਬੱਚੇ ਦੇ ਦਿਮਾਗ ਵਿੱਚ ਇੱਕ ਫਤੂਰ ਇੱਕ ਗਲਤਫਹਿਮੀ ਭਰੀ ਜਾਂਦੀ ਹੈ। ਪਰੀ ਕਿਤੇ ਵਲੋਂ ਜਾਂਦੀ ਹੈ ਉਹਦੇ ਆਪਣੇ ਆਪ ਵੱਲੋਂ ਉਹਦੇ ਮਾਪੇ ਵੱਲੋਂ ਜਾਂ ਜਿਹੜੇ ਉਹਦੇ ਪਹਿਲਾਂ ਗਏ ਹੋਏ ਭੈਣ ਭਰਾਵਾਂ ਵੱਲੋਂ ਇਹ ਅੱਜ ਵੀਡੀਓ ਬਣਾਉਣ ਦਾ ਖਾਸ ਪਰਪਸ ਇਸ ਕਰਕੇ ਕਿਉਂਕਿ ਮੈਂ ਹਰ ਰੋਜ਼ ਸ਼ਾਮ ਨੂੰ ਆਪਣੀ ਟੀਮ ਨਾਲ ਮੀਟਿੰਗ ਕਰਦਾ ਜਿਹੜੇ ਜਿਹੜੇ ਕਲਾਇੰਟਸ ਦਫ਼ਤਰ ਮਿਲ ਕੇ ਜਾਂਦੇ ਨੇ ਸਭ ਨਾਲ ਮੈਂ ਆਨਲਾਈਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸੋ ਪਰਸੋਂ ਵਾਲੇ ਦਿਨ ਕੀ ਹੋਇਆ ਬਠਿੰਡੇ ਦੇ ਵਿੱਚ ਮੁਹਾਲੀ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਚਾਰੇ ਦਫ਼ਤਰਾਂ ਵਿੱਚ ਤਕਰੀਬਨ 4 ਤੋਂ 5 ਇਹੋ ਜਿਹੇ ਕਲਾਇੰਟਸ ਆਏ ਜਿਹੜੇ ਆਸ਼ੀਰੀਆ ਪੜਨ ਜਾਣਾ ਚਾਹੁੰਦੇ ਸੀ ਮੈਂ ਬਿਨਾ ਨਾਮ ਲੈ ਅਮਰਸਰ ਦੇ ਉਹਨਾਂ ਕਲਾਇੰਟ ਦੀ ਡਿਸਕਸ਼ਨ ਤੁਹਾਡਾ ਨਾ ਕਰਾਂਗਾ ਬਿਨਾ ਨਾਮ ਲੈ ਬਠਿੰਡੇ ਵਿੱਚ ਵਿਜ਼ਿਟ ਕੀਤੇ ਉਹਨਾਂ ਕਲਾਇੰਟ ਤੋਂ ਨਾਲ ਗੱਲ ਕਰਾਂਗਾ ਜਿਹੜੇ ਅਸ਼ੀਆ ਪੜਨ ਜਾਣਾ ਚਾਹੁੰਦੇ ਨੇ 엘ਿਜੀਬਲ ਨੇ ਬਟ ਨਹੀਂ ਜਾ ਸਕਦੇ ਮਨਾ ਕੀਤਾਗਾ ਮੇਰੀ ਟੀਮ ਵੱਲੋਂ ਹੁਣ ਉਹ ਵਾਲਾ ਬੱਚਾ ਜਿਹੜਾ ਅਸ਼ੀਆ ਪੜਨ ਜਾਣਾ ਚਾਹੁੰਦਾ ਅਕੈਡਮੀਕਲੀ 엘ਿਜੀਬਲ ਹੈ ਬਟ ਫਾਈਨੈਂਸ਼ੀਅਲੀ 엘ਿਜੀਬਲ ਨਹੀਂ ਹੈ ਕਿਵੇਂ ਜੋੜ ਤੋੜ ਲਾ ਕੇ ਕਦੀ ਕਿਸੇ ਕਦੀ ਕਿਸੇ ਕੰਸਲਟੈਂਟ ਦੇ ਦਰਵਾਜ਼ੇ ਖਟਕਾਰਿਆ ਔਰ ਚੰਗਾ ਕੰਸਲਟੈਂਟ ਉਹਨੂੰ ਮਨਾ ਕਰ ਰਿਹਾ ਉਹ ਮਾੜੇ ਕੰਸਲਟੈਂਟ ਨੇ 10 ਵੀਤੀ 50000 ਲੈਵ ਦੇ ਚੱਕਰ ਚ ਇੱਕ ਪਰਚੀ ਕੱਟਣ ਚੱਕਰ ਚ ਉਹਦੇ ਨੂੰ ਫਿਰ ਐਕਸਪਲੋਇਟ ਕਰਨਾ ਸੋ ਅਗਰ ਐਕਸਪਲੋਇਟੇਸ਼ਨ ਤੋਂ ਬਚਣਾ ਚਾਹੁੰਦੇ ਹੋ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਮੈਂ ਇੱਕ ਵੱਡੇ ਭਰਾ ਹੁੰਦੇ ਦੇ ਨਾਤੇ ਇੱਕ ਕੰਸਲਟੈਂਟ ਹੁੰਦੇ ਦੇ ਨਾਤੇ ਇੱਕ ਜ਼ਿੰਮੇਵਾਰ ਮਤਲਬ ਇਨਸਾਨੀ ਦੇ ਨਾਤੇ ਮੈਂ ਗੱਲ ਸਮਝਾਉਣ ਲੱਗਿਆ ਅਗਰ ਉਹ ਸ਼ੀਡਿਆ ਪੜਨ ਜਾਣਾ ਪ੍ਰੋਫਾਈਲ ਐਲੀਜੀਬਲ ਹੈ ਅਕੈਡਮੀਕਲੀ ਸਟ੍ਰੌਂਗ ਹੋ ਫੰਡਸ ਫਾਈਨੈਂਸ਼ਲੀ ਨਹੀਂ ਸਟ੍ਰੌਂਗ ਤਾਂ ਗੱਲ ਧਿਆਨ ਨਾਲ ਸੁਣਨਾ ਪਿਛਲੇ 2 ਦਿਨਾਂ ਦੇ ਵਿੱਚ ਸਾਰੇ ਦਫ਼ਤਰਾਂ ਵਿੱਚ ਇੰਦਾ ਦੇ ਕਲੈਂਟ ਵਿਜ਼ਿਟ ਕੀਤੇ ਜਿਨ੍ਹਾਂ ਦੀ ਪ੍ਰੋਫਾਈਲ 100% ਐਲੀਜੀਬਲ ਸੀ ਮੈਂ ਨਾਮ ਨਹੀਂ ਲਊਂਗਾ ਬਟ ਬਠਿੰਡੇ 'ਚ ਇਸ ਤਰ੍ਹਾਂ ਦੇ ਕਲੈਂਟਸ ਆਏ 2023 ਪਾਸ ਆਊਟ ਸਟੂਡੈਂਟ 85% ਸਟੂਡੈਂਟ ਦੇ ਨੰਬਰ ਨਾਨ ਮੈਡੀਕਲ 'ਚ ਆਇਲ ਸ਼ੋ 6.5 ਬੈਂਡ ਔਰ ਇੱਕ ਸਟੂਡੈਂਟ ਆਈ ਲੜਕੀ ਮੈਡੀਕਲ ਬੈਕਗਰਾਉਂਡ 90% ਨੰਬਰ ਪੀਟੀ 'ਚੋਂ 67 ਸਕੋਰ ਉਹਦੇ 2023 ਪਾਸ ਆਊਟ ਸੀਬੀਐਸਸੀ ਪੜੀ ਬੱਚੀ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਲਾਇੰਟਸ ਆਏ ਜਲੰਧਰ ਵੀ ਆਏ ਮੁਹਾਲੀ ਵੀ ਆਏ ਸੋ ਸਾਰੇ ਦਫ਼ਤਰਾਂ ਚ ਇਦਾਂ ਦੇ ਕਲਾਇੰਟਸ ਮੈਨੂੰ ਦੇਖਣ ਨੂੰ ਮਿਲੇ ਜਿਹੜੇ ਰੀਸੈਂਟ ਪਾਸ ਆਊਟ ਹੈ 80 85 90% ਨੰਬਰ ਹੈ ਔਰ ਆਲਸੋ ਸਾਢੇ 6 ਬੈਂਡ ਜਾਂ ਪੀਟੀ ਚੋ 60 ਸਕੋਰ ਤੋਂ ਉੱਪਰ ਹੈ ਐਕਸਲੈਂਟ ਪ੍ਰੋਫਾਈਲ ਐਕਸਲੈਂਟ ਜਦ ਕਿ ਜੇ ਮੈਂ ਕਹਾਂ ਕਿ ਆਸਟਰੀਆ ਦੀ ਗਾਰਡਨ ਦੇ ਮਤਾਬਕ ਸਟੂਡੈਂਟਸ 100% ਡਿਜੀਬਲ ਆ ਵੀਜ਼ਾ ਲੈਣ ਲਈ ਪਰ ਦੂਜੇ ਪਾਸੇ ਜਦੋਂ ਉਹਨਾਂ ਬੱਚਿਆਂ ਨਾਲ ਫਾਈਨੈਂਸ਼ੀਅਲੀ ਗੱਲਬਾਤ ਕੀਤੀ ਗਈ ਤੁਹਾਡੇ ਕੋ ਪੇਰੈਂਟਸ ਕੋ ਇਨਕਮ ਕਿੰਨੀ ਫੰਡਸ ਕਿੰਨੇ ਤੇ ਸ ਇੱਕੋ ਜਵਾਬ ਆਮਦਨ ਜਿਹੜੀ ਹੈ ਉਹ 5 ਲੱਖ ਤੋਂ ਉੱਪਰ ਨਹੀਂ ਡੈਡੀ ਦੀ ਫੈਕਟਰੀ ਹੈ ਡੈਡੀ ਦੀ ਦੁਕਾਨ ਹੈ ਮਦਰ ਦਾ ਬਿਜ਼ਨਸ ਆ ਬਟ ਫਿਰ ਵੀ ਰਿਟਰਨ ਆ 5 ਲੱਖ ਤੋਂ ਜ਼ਿਆਦਾ ਨਹੀਂ ਭਰਦੇ ਕਿਉਂਕਿ 5 ਲੱਖ ਤੋਂ ਵੱਧ ਟੈਕਸ ਪੇ ਕਰਨਾ ਪੈਂਦਾ ਸੋ ਇਸ ਕਰਕੇ ਜੇ 5 ਲੱਖ ਤੋਂ ਜ਼ਿਆਦਾ ਆਮਦਨ ਨਹੀਂ ਭੁੱਲ ਕੇ ਵੀ ਅਪਲਾਈ ਨਾ ਕਰਿਓ ਆਸਟ੍ਰੇਲੀਆ ਜਦੋਂ ਫੰਡ ਦੀ ਗੱਲ ਕੀਤੀ ਕਿ ਤੁਹਾਡੇ ਪੇਰੈਂਟਸ ਕੋਲ 30 ਤੋਂ 35 ਲੱਖ ਰੁਪਏ ਚਾਹੀਦਾ ਤੁਹਾਡੀਆਂ ਫੀਸਾਂ ਅਫੋਰਡ ਕਰਨ ਲਈ 6 ਮਹੀਨੇ ਜਾਂ 3 ਮਹੀਨੇ ਪੁਰਾਣਾ ਹੈਗਾ ਨਹੀਂ ਸਰ ਤੁਸੀਂ ਸ਼ੋ ਕਰਾ ਦਿਓ ਸਰ ਤੁਸੀਂ ਕੋਈ ਜੁਗਾਲ ਲਾ ਦਿਓ ਸਤ ਤੁਸੀਂ ਕੋ ਫਾਈਨੈਂਸਰ ਮਲਾ ਦੋ ਫਿਰ ਮੇਰਾ ਜਵਾਬ ਸੀ ਕਿ ਅਸੀਂ ਵੀਜ਼ੇ ਬੂਜ਼ੇ ਵਧੀਆ ਲਮਾਉਣੇ ਜਾਣਦੇ ਹਾਂ 17 ਸਾਲਾਂ ਚ ਬਟ ਆ ਫਾਈਨੈਂਸਰ ਵਾਲਾ ਕੰਮ ਜਾਂ ਪੈਸੇ ਸ਼ੋਅ ਕਰਾਉਣਾ ਕੰਮ ਅਸੀਂ ਨਹੀਂ ਕਰਦੇ ਬਥੇਰੇ ਫਾਈਨੈਂਸਰ ਤੁਸੀਂ ਆਪ ਜਾ ਕੇ ਕਰਾ ਲਓ ਸਾਡੇ ਕੋ ਕਰਾਉਣ ਦੀ ਲੋੜ ਨਹੀਂ ਪਰ ਜੇ ਫਾਈਨੈਂਸਰ ਕੋ ਸ਼ੋਅ ਕਰਾਏ ਵੀ ਤਾਂ ਵੀ ਵੀਜ਼ਾ ਨਹੀਂ ਹੋਣਾ ਕਿਉਂਕਿ ਹੁਣ ਯੂਨੀਵਰਸਿਟੀਆਂ ਵੱਲੋਂ ਜੀਟੀ ਦੇ ਲੈਵਲ ਤੇ ਜਾਂ ਐਮਬੈਸੀ ਵੱਲੋਂ ਇਸ ਤਰ੍ਹਾਂ ਤਹਿਕੀਕਾਤ ਇਸ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕੇਵਲ ਉਹ ਹੀ ਬੱਚੇ ਦਾ ਜੀਟੀ ਕਲੀਅਰ ਹੋ ਪਰ ਜਿਹਦੇ ਆਪਣੇ ਫੰਡ 6 ਮਹੀਨੇ ਸਾਹ ਪੁਰਾਣੇ ਪਏ ਆ ਮੈਂ ਕਿ ਬੱਚੇ ਦਾ ਨਾਮ ਨਹੀਂ ਲਊਂਗਾ ਅਮਰਸਾਦ ਦਫ਼ਤਰ ਚ ਵੀਜ਼ਾ ਰਿਫਿਊਜ਼ ਹੋਇਆ ਬੱਚੇ ਦੀ ਐਕਸੀਡੈਂਟ ਪ੍ਰੋਫਾਈਲ ਘੱਟੋ-ਘੱਟ 70-80 ਲੱਖ ਰੁਪਏ ਉਹਦੇ ਫਾਦਰ ਦੇ ਨਾਂ ਤੇ ਪਿਆ ਫਾਦਰ ਉਹਦਾ ਆਰਟੀਆ ਰਿਟਰਨ ਨਾ ਘੱਟੋ-ਘੱਟ 25-30 ਲੱਖ ਰੁਪਏ ਦੀਆਂ ਸੋ 25-30 ਲੱਖ ਦੀ ਆਮਦਨ 60-70 ਲੱਖ ਖਾਤਿਆਂ ਚ ਰੀਸੈਂਟ ਪਾਸ ਆਊਟ 59 ਸਕੋਰ ਬੱਚੇ ਦੇ ਪੀਟੀ ਚ ਤਾਂ ਵੀ ਰਿਫਿਊਜ਼ ਆਈ ਲੈਵਲ 1 ਦੀ ਯੂਨੀਵਰਸਿਟੀ ਚ ਜਿਸ ਕਰਕੇ ਅਸ਼ੀਰੀਆ ਹੁਣ ਅਪਲਾਈ ਨਾ ਕਰਿਓ ਦੋਸਤੋ ਚਾਹੇ ਲੈਵਲ 1 ਦੀ ਯੂਨੀਵਰਸਿਟੀ ਹੈ ਚਾਹੇ ਜਿਹੜੀ ਜੀ8 ਦੀਆਂ ਯੂਨੀ ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਬੱਚਾ ਪ੍ਰੋਫਾਈਲ एलिਜੀਬਲ ਲੈ ਕੇ ਸਾਡੇ ਕੋਲ ਹੁੰਦਾ ਉਹਨੂੰ ਜਦੋਂ ਮੂੰਹ ਤੇ ਮਨਾ ਕਰਨਾ ਪੈਂਦਾ ਸਾਡਾ ਵੀ ਦਿਲ ਦੁਖਦਾ ਸਾਨੂੰ ਵੀ ਅੱਗੇ ਦੁੱਖ ਲੱਗਦਾ ਬੱਚੇ ਨੂੰ ਮਨਾ ਕਰਨ ਲੱਗਿਆਂ ਬਟ ਬੱਚੇ ਦੇ ਮਨ ਚੋਂ ਗੱਲ ਪੈਂਦੀ ਨਹੀਂ ਕਿਉਂਕਿ ਦਿਮਾਗ ਦੀ ਗਰਾਰੀ ਆਸਟ੍ਰੇਲੀਆ ਚੜੀ ਹੈ ਅੱਜ ਓਪਨਲੀ ਮੈਂ ਵੀਡੀਓ ਚ ਕਹਿ ਰਿਹਾ ਮੇਰੀ ਗੱਲ ਨੋਟ ਰੱਖਿਓ ਰਿਕਾਰਡ ਕਰ ਲਿਓ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਅਗਰ ਅੱਜ ਤੁਹਾਡੇ ਕੋਲ ਆਪਦੇ ਫੰਡਸ ਨਹੀਂ ਹੈਗੇ ਆਪਦੀ ਇਨਕਮ ਨਹੀਂ ਹੈਗੀ ਅਕੈਡਮੀਕਲੀ ਸਟਰੋਂਗ ਨਹੀਂ ਹੋ ਆਪਦਾ ਸ਼ੀਲਿਆ ਆ ਵੀਜ਼ਾ ਅਪਲਾਈ ਕਰਕੇ 100% ਰਿਜੈਕਸ਼ਨ ਮਿਲਣੀ ਹੈ ਮੈਂ 1% ਵੀਜ਼ਾ ਨਹੀਂ ਕਹਿ ਰਿਹਾ 100% ਰਿਫਿਊਜ਼ਲ ਅੱਜ ਪਹਿਲੀ ਵਾਰ ਕਿਸੇ ਮੰਚ ਤੇ ਕੋਈ ਕੰਸਲਟੈਂਟ 100% ਰਿਫਿਊਜ਼ਰ ਦੀ ਗੱਲ ਕਰ ਰਿਹਾ ਅਸੀਂ ਲੋਕ ਸਿਰਫ ਵੀਜ਼ੇ ਦੀ ਗੱਲ ਕਰਦੇ ਆ ਸੋ ਇਸ ਕਰਕੇ ਰੱਬ ਦਾ ਵਾਸਤਾ ਬੱਚਿਓ ਤੁਹਾਨੂੰ ਤੁਹਾਡੇ ਮਾਪਿਆਂ ਨੂੰ ਆਸਟ੍ਰੇਲੀਆ ਅਪਲਾਈ ਕਰਨਾ ਤਾਂ ਹੀ ਕਰੋ ਜੇ 30 35 40 ਲੱਖ ਰੁਪਏ ਆਪਣਾ ਘਟੋ ਘਟ 6 ਮਹੀਨੇ ਸਾਲ ਪੁਰਾਣਾ ਪਿਆ ਪੰ 10-15 ਲੱਖ ਰੁਪਏ ਆਮਦਨ ਆਪਦੇ ਮਾਪਿਓ ਪਰਿਵਾਰ ਦੀ ਹੈਗੀ ਐ ਅਕੈਡਮਿਕਲੀ ਰੀਸੈਂਟ ਪਾਸ ਆਊਟ ਹੋ 70% ਨੰਬਰ ਆ 6.56 ਬੈਂਡ ਆ ਇੰਨਾ ਚਾਰੇ ਪੰਨੇ ਚੀਜ਼ਾਂ ਤੋਂ ਇੱਕ ਵੀ ਚੀਜ਼ ਘਟਾ ਤਾਂ ਭੁੱਲ ਕੇ ਸ਼ੀਲੇ ਅਪਲਾਈ ਨਾ ਕਰਿਓ ਬਹੁਤ ਸਾਰੇ ਬੱਚਾ ਨੇ ਵੀਡੀਓ ਥਲੇ ਕਮੈਂਟ ਕੀਤੇ ਕੈਨਡਲੀ ਸਾਨੂੰ ਗਾਈਡ ਕਰੋ ਕਿ ਅਸ਼ੀਰੀਏ ਤੋਂ ਰਿਫਿਊਜ਼ਲ ਆ ਜਾਂ ਜੀਟੀ ਕੇ ਲਈ ਨਹੀਂ ਹੋ ਸਕਦਾ ਨਿਊਜ਼ੀਲੈਂਡ ਕਿਵੇਂ ਜਾ ਸਕਦੇ ਆ ਨਿਊਜ਼ੀਲੈਂਡ ਚ ਤਿੰਨ ਮਹੀਨੇ ਪੁਰਾਣੇ ਫੰਡਸ ਹੋਏ ਹਲੇ ਜਾਂ ਨਹੀਂ ਹੋਏ ਹਲੇ ਸੋ ਨਿਊਜ਼ੀਲੈਂਡ ਬਾਰੇ ਗੱਲ ਕਰਾਂਗੇ ਅਗਲੀ ਵੀਡੀਓ ਚ ਅਸ਼ੀਰੀਏ ਤੋਂ ਨਿਰਾਸ਼ ਹੋ ਚੁੱਕੇ ਹੋ ਨਿਊਜ਼ਾਂ ਪੜਨ ਜਾਣਾ ਚਾਹੁੰਦੇ ਉਹ ਕਿਵੇਂ 3 ਮਹੀਨੇ ਪੁਰਾਣੇ ਫੰਡ ਵਿਖਾ ਕੇ ਜਾਇਆ ਜਾ ਸਕਦਾ ਸੱਚਾਈ ਕੀ ਹੈ? ਤਮਾਮ ਸਾਰੀ ਗੱਲਾਂ ਸਿਗਰੀ ਵੀਡੀਓ ਚ ਕਰਾਂਗੇ। ਸਾਡੇ ਚੈਨਲ ਨਾਲ ਜੁੜੇ ਰਹੋ। ਇਹ ਵੀਡੀਓ ਚੰਗੀ ਲੱਗੀ ਤਾਂ ਆਪ ਦੇ ਸੁਝਾਅ ਫੀਡਬੈਕ ਦੇ ਰੂਪ ਚ ਜੂਰ ਦੇ ਦੇਓ ਔਰ ਉਸ ਬੱਚੇ ਤੱਕ ਜ਼ੂਰ ਸ਼ੇਅਰ ਕਰੋ ਜਿਹੜਾ ਦਿਮਾਗ ਚ ਗਰਾਰੀ ਫਿਜ਼ਾ ਕੇ ਬੈਠਾ ਕਿ ਮੈਂ ਛੜੀ ਪੜਨ ਜਾਣਾ। ਰੱਬ ਦਾ ਵਾਸਤਾ ਆਪ ਦਾ ਸਮਾਂ ਔਰ ਪੈਸਾ ਖਰਾਬ ਨਾ ਕਰੋ। ਨਵੀਂ ਵੀਡੀਓ ਚ ਮਿਲਦੇ ਹਾਂ ਨਿਊਜ਼ਲੈਂਡ ਸੰਬੰਧਿਤ ਗੱਲਬਾਤ ਕਰਾਂਗੇ। ਤਦ ਤੱਕ ਜੁੜੇ ਰਹੋ। ਰੱਬ ਰਾਖਾ। ਸੱਚਕਾਰ।